ਸਤਿ ਐਡੀਓ ਸਾਹਿਬ, ਮੈਨੂੰ ਇਹ ਦੱਸੋ ਵੀ ਸਰਕਾਰ ਤੇ ਲੋਕਾਂ ਦੇ ਕਰਜ਼ੇ ਮਾਫ ਕਰਨ ਲਈ, ਬਿੱਲ ਮਾਫ ਕਰਨ ਲਈ, ਹਾਂਜੀ ਤੇ ਸਰ ਤੁਸੀਂ ਜੁਰਮਾਨੇ ਕਿਹੜੀ ਗੱਲ ਦੇ ਵਿੱਚ ਲੋਕਾਂ ਨੂੰ ਕਰੀ ਜਾਂਦੇ ਜੀ? ਸਰ ਕਿਹੜਾ ਜੁਰਮਾਨਾ ਕੀਤਾ ਸਰ, ਦੱਸੋ ਹੁਕਮ ਕਰੋ ਸਰ। ਪੌਂਗ ਪਿੰਡ ਦੇ ਵਿੱਚ ਕੀਤਾ, ਪੌਂਗ ਪਿੰਡ ਦੇ ਵਿੱਚ ਇਹ ਸਰ 11 ਤਰੀਕ ਨੂੰ। ਐ ਤਾਂ 15-10 ਗੱਲ ਹੋ ਗਈ ਸਰ ਹਾਲੇ ਤੇ। ਹਾਂਜੀ ਹਾਂਜੀ ਉਹ ਯਾਰ 11 ਤਰੀਕ ਦੀ ਗੱਲ ਹੈ ਯਾਰ, ਹਾਂ 11 10 ਗਿਆਰਾਂ ਹੋ ਤੋਂ ਗਏ, ਕੋਈ 15-20 ਦਿਨ ਹੀ ਹੋ ਗਏ ਸਰ, 15-20 ਦਿਨ ਹੀ ਹੋ ਗਏ। ਹਾਂਜੀ ਹਾਂਜੀ ਚਲੋ, 15-20 ਦਿਨ ਫਿਰ ਆਪਾਂ ਕਿਉਂ ਕੀਤਾ ਇਹ ਸਰ? ਇਹਨਾਂ ਨੇ ਤੁਹਾਨੂੰ ਆਪਾਂ ਸਰ ਏਦਾਂ ਗੱਲ ਹੈਗੀ ਹੈ ਕਿ ਆਪਾਂ ਇਹਨਾਂ ਦੇ ਮੌਕਾ ਚੈੱਕ ਕਰਨ ਗਏ ਸੀ, ਠੀਕ ਹੈ ਜੀ, ਟ੍ਰਾਂਸਫਰ ਲਾਉਣ ਵਾਸਤੇ, ਠੀਕ ਹੈ। ਤੇ ਇਹਨਾਂ ਦੇ ਉੱਤੇ ਕੀ, ਚਲੋ ਆਪਾਂ ਤੇ ਗਏ ਆ, ਚਲੋ ਬੰਦਾ ਬਹਿੰਦਾ ਖਲੋਂਦਾ ਗੱਲਬਾਤ ਕਰਦਾ, ਇਹਨਾਂ ਨੇ ਉੱਤੇ ਸਾਨੂੰ ਪਵਾਤਾ, ਘੇਰਾ ਪਵਾਤਾ ਕਿਸਾਨਾਂ ਦਾ ਲੈ ਘੇਰਾ ਕੇ। ਤੁਹਾਨੂੰ ਮੈਂ ਹੁਣ ਤੁਹਾਨੂੰ ਤੇ ਇਹ ਹੁਣ ਇਹਨਾਂ ਨੇ ਪਾਇਆ, ਹੁਣ ਮੈਂ ਪਾਉਂਗਾ ਤੈਨੂੰ ਘੇਰਾ। ਤੇ ਸੈਕਿੰਡ ਗੱਲ ਇਹ ਹੈ, ਉਹ ਗੱਲ ਸੁਣ ਮੇਰੀ, ਤੈਨੂੰ ਮੈਂ ਦੱਸਾਂ, ਮੈਂ ਬੰਦਾ ਬਣ ਜਾ ਤੇਰੇ, ਮੈਂ ਤੇਰੇ ਮੈਂ ਅਸੀਂ ਜਾਈਏ ਫਿਰ ਉਹ ਯਾਦ ਕਰੇਗਾ ਤੈਨੂੰ ਦੱਸਾਂ, ਮੈਂ ਤੈਨੂੰ ਮੈਂ 20 ਵਾਰੀ ਕਿਹਾ ਤੂੰ ਬੁੰਡ ਪੰਗੇ ਲੈਣਾ, ਮੈਂ ਤੈਨੂੰ ਹੁਣ ਸਿੱਧਾ ਕਰ ਦੇਣਾ ਤੈਨੂੰ ਦੱਸਾਂ ਮੈਂ। ਹੈਂ, ਤੇਰੀ ਜੁੱਤ ਕਿਵੇਂ ਪੈ ਗਈ, ਜਾ ਕੇ ਉੱਥੇ ਕਿਹੜਾ ਜੁਰਮਾਨੇ ਪਾਉਂਦੀ ਗਏ ਸਰ? ਮੈਂ ਤਾਂ ਮੈਂ ਕਹਿੰਦਾ ਮਾਫ ਕਰਨ ਦੀ ਤੇਰੀ, ਤੂੰ ਯਾਰ ਰੱਬ ਬਣਿਆ, ਤੂੰ ਸਰਕਾਰ ਮਾਫ ਕਰਨ ਦੀ, ਤੂੰ ਮਾਮਾ ਬਣ ਬਣ ਕੇ ਲੋਕਾਂ ਨੂੰ ਜੁਰਮਾਨੇ ਪਾਉਂਦਾ, ਤੂੰ ਤੂੰ ਪਤਾ ਕੀ ਸਮਝਦਾ ਆਪਣੇ ਆਪ ਨੂੰ? ਮੈਂ ਤੇਰੀਆਂ ਸ਼ਿਕਾਇਤਾਂ ਬੜੀਆਂ ਆਉਂਦੀਆਂ, ਮੈਂ ਤੈਨੂੰ ਇਹੋ ਜਿਹੇ ਥਾਂ ਸੁੱਟੂਗਾ, ਤੂੰ ਤਾਂ ਚਾਹੁੰਦਾ ਨਹੀਂ ਤੇ ਬਦਲੀ ਪੱਟੀ ਹੋ, ਇਹੋ ਜਿਹਾ ਥਾਂ ਸੁੱਟੀ ਪਾਣੀ ਨਾਲ ਮਿਲੂ ਆਰਾਮ, ਜਦ ਨਾ ਹੋਵੇ ਤਾਂ ਕੁੱਤਾ ਕਿਸੇ ਜਮਾਨੇ ਦਾ ਲੁੱਟ ਪਾਈ ਆ ਤੂੰ ਇਹ, ਹੁਣ ਵੜ ਕੇ ਵੇਖੀ ਕਿਸੇ ਪਿੰਡ, ਤੈਨੂੰ ਮੈਂ ਬੰਦੇ ਦਾ ਪੁੱਤ ਬਣਾਊਂਗਾ ਤੈਨੂੰ ਸਾਲਾ, ਆਰਾਮ ਜਾ ਰਿਹਾ 80 ਕਰੋੜ ਰੁਪਇਆ ਸਰਕਾਰ ਨੇ ਮਾਫ਼ ਕੀਤਾ, ਤੂੰ ਪਿਓ ਵਾਲੇ ਜੁਰਮਾਨੇ ਪਾਉਣ ਡਿਆ, ਤੂੰ ਵੱਡਾ ਜੰਮਿਆ ਕਿ ਅੱਜ ਤੈਨੂੰ ਬਣਾਉਣਾ ਬੰਦੇ ਦਾ ਪੁੱਤ, ਮੈਂ ਵੇਖੀ ਤੇਰੇ ਪਰਚੇ ਦਰਜ ਕਿਵੇਂ ਕਰਾਉਂਦਾ ਮੈਂ, ਕੁੱਤਾ ਕਿਸੇ ਜਮਾਨੇ ਦਾ ਨਾ ਹੋਵੇ ਤਾਂ।